ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਆਈ ਹੋਪ ਹਮੇਸ਼ਾ ਵਾਂਗ ਅੱਜ ਵੀ ਵਧੀਆ ਹੋਵੋਗੇ ਜੀ। ਲਓ ਜੀ, ਅੱਜ ਹੈਗਾ ਤੀਜਾ ਦਿਨ, ਵੈਸੇ ਮੇਰੇ ਲਈ ਹੈਗਾ ਚੌਥਾ, ਬਟ ਤੁਹਾਡੇ ਸਾਰਿਆਂ ਦਿਨ ਤੀਜਾ ਹੋਊਗਾ ਅਤੇ ਆਪਾਂ ਗੈਪ ਪਾਇਆ ਨਹੀਂ ਵਲੋਗ 'ਚ, ਨਾਲ ਦੀ ਨਾਲ ਪਾ ਰਹੇ। ਮੇਰੇ ਲਈ ਚੌਥਾ ਤਾਂ ਹੈ ਕਿਉਂਕਿ ਕੱਲ੍ਹ ਪੈਂਦਾ ਸੀਗਾ ਮੀਂਹ ਅਤੇ ਤਾਂ ਕਰਕੇ ਸੁਬਹਾ ਜਾ ਨਹੀਂ ਹੋਇਆ, ਸ਼ਾਮੀ ਫਿਰ ਮੈਂ ਗਿਆ ਨਹੀਂ, ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਚੌਥਾ, ਇਹ ਮੈਂ ਰੈਸਟ ਡੇ ਰੱਖਣਾ ਸੀ। ਸੋ ਉਹਦੀ ਜਗ੍ਹਾ ਹੁਣ ਕੱਲ੍ਹ ਜਾ ਨਹੀਂ ਹੋਇਆ, ਫਿਰ ਮੈਂ ਕਿਹਾ ਚਲੋ ਉਹਨੂੰ ਕਰ ਲੈਂਦੇ ਕਨਵਰਟ ਤਾਂ ਕਰਕੇ। ਔਰ ਅੱਜ ਦਾ ਆਪਣਾ ਟਾਰਗੇਟ ਹੈਗਾ ਰਨਿੰਗ 3 ਕਿਲੋਮੀਟਰ ਪਹਿਲੇ ਵਾਲੀ, ਅਤੇ ਉਹ ਤੋਂ ਬਾਅਦ ਸਾਈਕਲ 12 ਕਿਲੋਮੀਟਰ, ਅਤੇ ਉਹ ਤੋਂ ਬਾਅਦ ਆ ਕੇ ਫਿਰ 1.5 ਕਿਲੋਮੀਟਰ ਰਨਿੰਗ। ਸੋ ਇਹ ਆ ਜੀ, ਬਾਕੀ ਹੋਰ ਬਾਡੀ ਦੀ ਅਪਡੇਟ। ਵੈਸੇ ਤਾਂ ਕੱਲ੍ਹ ਰੈਸਟ ਹੀ ਕਰਕੇ ਕਾਫੀ ਫਰਕ ਪੈ ਗਿਆ, ਪਰ ਹੁਣ ਕੱਲ੍ਹ ਆਇਆ ਸੀ ਪੱਟ ਪੁੱਟ ਜਿਹੇ ਇਹ ਚੀਜ਼ਾਂ ਜਿਹੀਆਂ ਥੋੜ੍ਹਾ ਹੋਇਆ ਵਾ ਸੀਗਾ, ਟਾਇਰਿੰਗ ਜਿਹਾ ਥੋੜ੍ਹਾ ਬਹੁਤਾ ਫੀਲ ਹੁੰਦਾ ਸੀ, ਪਰ ਅੱਜ ਕਾਫੀ ਫਰੈਸ਼ ਫਰੈਸ਼ ਜਿਹਾ ਹੈ। ਤਾਂ ਸੋ ਤਾਂ ਕਰਕੇ ਮਤਲਬ ਰੈਸਟ ਵੀ ਜ਼ਰੂਰੀ ਚਾਹੀਦੀ ਹੁੰਦੀ ਹੈ ਵਿੱਚ। ਬਾਕੀ ਹੁਣ ਪਹਿਲਾਂ ਜਾ ਕੇ ਦੇਣਾ, ਕੱਲ੍ਹ ਦਾ ਮੀਂਹ ਪਿਆ ਹੋਇਆ ਤਾਂ ਮੈਨੂੰ ਲੱਗਦਾ ਗਰਾਊਂਡ ਸੁੱਕ ਗਿਆ ਹੋਣਾ ਇੰਨਾ ਰਨਿੰਗ ਜੋਗਾ, ਅਤੇ ਦੇਖਦੇ ਹਾਂ ਕੀ ਬਣਦਾ। ਸੋ ਬਸ ਜੀ, ਮੋਰਨਿੰਗ ਦੀ ਆਈ ਅਪਡੇਟ, ਬਾਕੀ ਅੱਜ ਥੋੜ੍ਹੇ ਟਾਈਮ ਨਾਲ ਉੱਠ ਗਿਆ ਅਤੇ ਅੱਜ ਦੁਬਾਰਾ ਫਿਰ ਮੈਂ ਕੈਮਰਾ ਲੈ ਕੇ ਆਇਆ, ਕਿਉਂਕਿ ਮੈਂ ਖੁਦ ਫੋਨ 'ਚ ਵੀਡੀਓ ਹੀ ਦੇਖੀ ਆਪਣੀ, ਹਜੇ ਮੈਂ ਸਾਰੀ ਵੀਡੀਓ ਨੂੰ ਚੰਗੀ ਤਰ੍ਹਾਂ ਐਨਾਲਾਈਜ਼ ਜਿਹਾ ਨਹੀਂ ਕਰਿਆ, ਅਤੇ ਥੋੜ੍ਹਾ ਜਿਹਾ ਮੈਨੂੰ ਇਹ ਵੀ ਲੱਗ ਰਿਹਾ ਵੀ ਜਿਹੜਾ ਆਪਾਂ ਕੱਲ੍ਹ ਸਾਈਕਲ ਜਿਹਾ ਰਨ ਕਰਿਆ, ਜਿਹੜਾ ਮੈਂ ਕਹਿੰਦਾ ਵੀ ਚਲੋ ਪਾਰਟ ਮਿਸਿੰਗ ਆ, ਉਹਨੂੰ ਜੋੜ ਕੇ ਵੀ ਤਾਂ ਵੀ ਥੋੜ੍ਹੀ ਜਿਹੀ ਡਿਸਟੈਂਸ ਘੱਟਦਾ ਹੈ ਸ਼ਾਇਦ, ਅਤੇ ਸੋ ਆਪਾਂ ਦੇਖਦੇ ਹਾਂ ਅੱਜ ਕਵਰ ਕਰਾਂਗੇ ਐਕਸਟਰਾ, ਤਾਂ ਛੱਡਣਾ ਕੋਈ ਨਹੀਂ ਹੈਗਾ, ਠੀਕ ਆ, ਮਾਇੰਡ 'ਚ ਨਹੀਂ ਰਹਿਣੀ ਚਾਹੀਦੀ ਜੀ। ਅਤੇ ਦੂਜੀ ਗੱਲ ਵੀ ਹਾਂਜੀ, ਆਈ ਥੋੜ੍ਹਾ ਜਿਹਾ ਪਰ ਲਈ ਆ ਗਏ ਹਾਂ, ਸੋ ਵਧੀਆ ਗੱਲ ਆ। ਲਓ ਜੀ, ਗਰਾਊਂਡ ਹੈਗਾ ਸੁੱਕਾ ਬਾਈ, ਭੱਜ ਹੋ ਜੂਗਾ। ਸੋ ਲਓ ਜੀ, ਕਰਦੇ ਹਾਂ ਫਿਰ ਰਨਿੰਗ ਸਟਾਰਟ। ਲਓ ਜੀ, ਰਨਿੰਗ ਹੋ ਗਈ ਆ ਕੰਪਲੀਟ, ਅਤੇ ਅੱਜ ਠੀਕ ਰਿਹਾ, ਮਤਲਬ ਰੈਸਟ ਜੀ ਲੱਤੀ ਦਾ ਨਾ ਫਰਕ ਹੈਗਾ, ਅਤੇ ਬਾਡੀ ਵੀ ਨਹੀਂ ਮਤਲਬ ਇੰਨੀ ਛੇਤੀ ਜਵਾਬ ਦਿੱਤਾ, ਮਤਲਬ ਸ਼ੁਰੂ 'ਚ ਤਾਂ ਜਿਵੇਂ ਪਿਛਲੇ 2 ਦਿਨਾਂ ਦਾ ਨਾ 400-500 ਮੀਟਰ ਬਾਅਦ ਪਤਾ ਲੱਗਣ ਲੱਗ ਜਾਂਦਾ ਸੀ, ਅੱਜ ਲਿਟਰਲੀ 2 ਕਿਲੋਮੀਟਰ ਤੱਕ ਕੁਛ ਨਹੀਂ ਇੰਨਾ ਫੀਲ ਹੋਇਆ, ਆਖਰੀ ਵਾਲੇ 'ਚ ਹੋਇਆ ਥੋੜ੍ਹਾ ਜਿਹਾ, ਅਤੇ ਬਾਡੀ ਦੇ ਨਾਲ ਨਾਲ ਮਾਇੰਡ ਵੀ, ਨਾਲੇ ਸਿਰਫ ਅੱਜ ਤੀਜਾ ਦਿਨ ਆ, ਪਰ ਇੰਨੀ ਛੇਤੀ ਫਰਕ ਪੈਂਦਾ ਕਿ ਮਾਇੰਡ ਵੀ ਕਾਫੀ ਸਟਰੋਂਗ ਜਿਹਾ ਹੋਇਆ ਵਾ। ਔਰ ਅੱਜ ਵੀ ਸਾਈਕਲ ਅੱਜ ਫਿਰ ਘਰੇ ਆ, ਅਤੇ ਪਹਿਲਾਂ ਤਾਂ ਇਨੀਸ਼ੀਅਲ ਗੋਲ ਆਈ ਸੀਗਾ ਵੀ ਜਦ ਰਨਿੰਗ ਮੁੱਕ ਗਈ, ਜਿਹੜਾ ਕੂਲ ਡਾਊਨ ਪੀਰੀਅਡ ਜਿਹਾ ਵੀ ਉਹ ਤੁਰਦੇ ਤੁਰਦੇ ਘਰ ਨੂੰ ਲੰਘ ਗਿਆ ਨਾ, ਬਟ ਮੈਂ ਫਿਰ ਕੈਮਰਾ ਚੱਕ ਕੇ ਉਰੀ ਲੱਗ ਗਿਆ, ਪਰ ਚਲੋ ਇੰਨਾ ਕੁ ਚੱਲਦਾ, ਇੰਨੀ ਕੁ ਚੀਟਿੰਗ ਚੱਲਦੀ ਆ ਥੋੜ੍ਹੀ ਬਹੁਤੀ, ਅਤੇ ਮੈਂ ਇੱਕ ਦਿਨ ਕੁਛ ਕਰ ਲੈਂਦਾ, ਅਗਲੇ ਦਿਨ ਫਿਰ ਸਾਰਾ ਪਲੈਨ ਚੇਂਜ ਕਰ ਲੈਂਦਾ, ਬਟ ਐਂ ਦੀ ਐਂਡ ਜਿਹੜੀ ਚੀਜ਼ ਕਰਨੀ ਉਹ ਹੋ ਰਹੀ ਆ, ਅਤੇ ਜੋ ਰਿਜ਼ਲਟ ਚਾਹੀਦੇ ਆ ਉਹ ਆ ਰਹੇ ਆ, ਠੀਕ ਆ, ਮੈਂਟਲੀ ਵੀ ਫਿਜ਼ੀਕਲੀ ਵੀ। ਅਤੇ ਬਸ ਜੀ, ਅੱਜ ਤਾਂ ਮਤਲਬ ਈਵਨ ਕੂਲ ਡਾਊਨ ਪੀਰੀਅਡ ਵੀ ਬਹੁਤਾ ਜ਼ਿਆਦਾ ਨਹੀਂ ਮੰਗਿਆ ਬਾਡੀ ਨੇ, ਇੰਨੀ ਕੁ ਚੀਜ਼ ਸਾਰਾ ਕੁਝ ਨੋਰਮਲ ਹੋ ਗਿਆ ਵੀ ਜਿਵੇਂ ਕੁਛ ਹੋਇਆ ਨਹੀਂ ਹੁੰਦਾ। ਔਰ ਅੱਜ ਦੂਜੀ ਗੱਲ, ਮੈਨੂੰ ਪੇਸ ਵੀ ਆਪਣੀ ਐਂ ਲੱਗੀ ਵੀ ਥੋੜ੍ਹੀ ਜਿਹੀ ਮੈਂ ਤੇਜ਼ ਮੁਕਾਈ ਆ, ਬਾਕੀ ਮੈਂ ਘਰ ਜਾ ਕੇ ਜਾਂ ਜਦ ਵੀ ਵੀਡੀਓ ਐਡਿਟ ਕਰੂੰਗਾ ਉਦੋਂ ਦੇਖੂੰਗਾ ਡਾਟਾ, ਪਰ ਮੈਨੂੰ ਐਂ ਲੱਗਦਾ ਵੀ ਮੈਂ ਥੋੜ੍ਹਾ ਜਿਹਾ ਛੇਤੀ ਡਿਸਟੈਂਸ ਕੰਪਲੀਟ ਕਰਿਆ, ਬਾਕੀ ਮੇ ਬੀ ਵੈਸੇ ਵੀ ਹੋ ਸਕਦਾ ਤਾਂ, ਬਟ ਐਨੀਵੇ ਜੀ ਇਹ ਹੋ ਗਿਆ, ਹੁਣ ਆਪਾਂ ਚੱਲਦੇ ਹਾਂ ਘਰ ਵੱਲ ਨੂੰ, ਚੱਕੀਏ ਸਾਈਕਲ ਅਤੇ ਨਿਕਲੀਏ, ਅੱਜ ਦੇਖਦੇ ਹਾਂ ਕਿੱਧਰ ਨੂੰ ਜਾਣਾ ਥੋੜ੍ਹਾ ਜਿਹਾ, ਕਿਉਂਕਿ ਲੰਬਾ ਡਿਸਟੈਂਸ ਕਰਨਾ। ਸੋ ਦੇਖਦੇ ਹਾਂ, ਮਿਲਦੇ ਹਾਂ ਜੀ ਫਿਰ ਤੁਹਾਨੂੰ, ਅਤੇ ਬਾਕੀ ਸਾਈਕਲ 'ਤੇ ਜੋ ਵੀ ਅਪਡੇਟ ਹੋਈ, ਧੰਨਵਾਦ। ਹੋ ਜੀ, ਪਹਿਲਾ ਪੁਲ ਮਤਲਬ ਜਾਣ ਲੱਗਿਆ ਵੀ ਚੜਿਆ ਸੀ, ਉਹੀ ਦੁਬਾਰਾ ਚੜਿਆ, ਬੜਾ ਔਖਾ ਯਾਰ, ਸਪੈਸ਼ਲੀ ਮੈਨੂੰ ਸੀਗਾ ਨਾਲ ਵੀਡੀਓ ਬਣਾਊਂਗਾ, ਵੀਡੀਓ ਬਣਾਉਣਾ ਹੋਰ ਵੀ ਔਖਾ, ਬਟ ਐਨੀਵੇ ਜੀ ਆਲਮੋਸਟ ਹਾਫ ਤੋਂ ਜ਼ਿਆਦਾ ਹੋ ਗਿਆ, ਮੈਂ ਹੁਣ ਆ ਸਰਕਲ ਜਿਹਾ ਪੁਲ ਥੱਲੇ ਨੂੰ ਜਾ ਕੇ ਅਤੇ ਘਰ ਜਾਂਦੇ ਜਾਂਦੇ ਹੋ ਜਾਣੇ ਆਲਮੋਸਟ 12, ਬਾਕੀ ਪਾਰਟ ਜਿਹਾ ਥੋੜ੍ਹਾ ਜਿਹਾ ਈਜ਼ੀ ਸੀ, ਪੁਲ ਜੇ ਨੇ ਨਾਸ ਮਾਰਤਾ ਚੜ੍ਹਨ ਲੱਗੇ ਨੇ, ਸਪੈਸ਼ਲੀ ਕਿਉਂਕਿ ਵਿਦਾਊਟ ਗੇਅਰ ਵਾਲੀ ਸਾਈਕਲ ਆ, ਤਾਂ ਕਰਕੇ ਸਾਈਕਲ ਤੋਂ ਵੀ ਕੋਈ ਅਸਿਸਟੈਂਟ ਜਿਹਾ ਨਹੀਂ ਮਿਲਦਾ,
पता नहीं हाओ चढ़ ले उतर ले दोबारा चढ़ ले फिर उतर ले हम ओद ही अगे जाके दूजा पुल जहाँ पर आप नहीं चले वो हम आप थले लंघ के चलते हाँ तो हो पंगा ले लिया हाँ जी क्योंकि रनिंग भी करनी सीधा घर जाके खड़ा होता फिर होर गल सी बट आए हाँ कहते सौखा हो सारी कर ला आही चीज़ा तो औखिया ने यही तो फिर स्ट्रांग बनानी है राइट चलो जी मिलते हैं सानू हूँ घर पहुँच गए या जी राज कुछ होर होया अज का डिस्टेंस हो गया कवर बट जिमें मैं प्रोमिस किया कि कल मैं लग रहा है मतलब लास्ट राइड च भी थोड़े जे घट गए थे सो बस हूँ पूरे कर रहे हैं हजे भी ओपोजिट साइड में जा रहे हैं ताकि 500 मीटर या किलोमीटर वध कवर कर हो जाए अज तो मतलब इन्ना के डिफरेंस आ ठीक है तो हूँ दोबारा ठीक जा हो गया पर ऐ भी साइकिल की स्पीड बहुत स्लो हो गई है जिन्नी मतलब सुबह जाने लगे थी हूँ तो जमें हौली हौली पैडलिंग हो रही है तो बट ठीक है मतलब पहुँच जूँगा वापिस आराम नाल उरे तो दूजी गल अज अगे वैसे लास्ट दो दिन भी साइकिल की सीट तकरीबन सेम जी सी पर अज पता नहीं क्यों फील होया भी अच्छ थोड़ी जी नीवी आ मतलब पावर स्ट्रोक जहाँ बज नहीं रहा बाकी पावर स्ट्रोक की होंगे मैं थोड़ा फिर समझा दूंगा किसी दिन स्पैशल नाले दस देंगे सारा कुछ सीट सूट किमें सैट करी दी है ये वो तो बाकी रनिंग जरूर मैं लगता बस होने वाली जाके तो एनीवे जी अही अपडेट देनी थी चलते हम तो करते हैं रनिंग स्टार्ट चलो जी साइकिलिंग हो गया डन पहला वाला पार्ट नहीं इन्ना औखा होंदा चाहे रनिंग तो बाद जाए साइकिलिंग बट साइकिलिंग तो बाद वाली जी रनिंग है ना वो बड़ी औखी है क्योंकि पट एन स्टिफ होए हुए होंगे तो जब रखते हैं पैर अजीब जहा फील होंगे हूँ भी जो साइकिल तो उतरे एक अलग बॉडी ने भार तो चले नहीं कर चलिया बट एनीवे जी तो जोड़ा टारगेट सी वह भी पूरा हो गया साइकिलिंग का उस तो बाद आप 1 किलोमीटर एंड 600 मीटर मतलब 150 तो थोड़ा ज़्यादा वो पूरा कर लिया तो सो मतलब जोड़ा कल माड़ा मोटा घटिया घुटिया वो अपना कवर हो गया बिच ही बस हूँ माड़ा सैट हो जाए तो करके थोड़ी वॉक जी कर रहे हैं तो उस बाद करते हैं 150 किलोमीटर स्टार्ट तो मैं सोचता जी महा पहले दिन मतलब ओवरऑल 150 किलोमीटर पहले दिन किलोमीटर ही करना सीगा 150 भी नहीं सीगा वो भी ऐ लगता सी भी यार बड़ा औखा वो भी शुरू च आके तो सिर्फ 500 मीटर ही करना सी वो भी एडा बड़ा लगता सी हुण आके भी 150 करना मतलब पहला वाले नालों भी ज़्यादा तो ये एक दिन जिहड़ा अपने लिए बेस्ट हुंदा अगले दिन वह नॉर्मल हो जाता आप उपर बेस्ट बनाने ठीक है तो ये चीज़ होनी चाहिए है भी हर रोज़ अपना बेस्ट दो नवे बेस्ट बनाओ अपना बैटर सैल्फ बनो ठीक है तो अदरवाइज तो जो मैं पहले दिन ही ऐ कर ला भी नहीं यार इन्नी होना तो मतलब मैं ही लगना थी मैं इन्नी इन्ने के जोग ही भी मैं 500 मीटर या किलोमीटर कर सकता बट वही स्ट्रोंग बनते हैं आप पुश करते हैं नहीं करनी करना तो फिर हो भी जाता अज भी जो मैं टाइम चेक करता सी मैं लग मैं लास्ट दो दिन इन्ना टाइम जो चेक कराया साइकिल वाला अज कर 50 मिनट बड़ा वो लगता सोच गया लगातार 50 मिनट पैडल मैं मारी हो गया भी लगता तो है नहीं 50 मिनट हो गए बट हो गए जी तो एनीवे करते हैं स्टार्ट क्योंकि धुप्पा जी भी आई जाती है काफ़ी तो कल थोड़ा जा होर जल्दी ट्राई करांगे क्योंकि आ टाइम जो औखा होता क्योंकि साइकिल कल होर ज़्यादा टाइम लगना घंटा टप्पूगा मोस्ट प्रोबेबली तो बस जी रनिंग नबेड़ी है बाकी गल्लां बात आप फिर करते हैं तो फिर दिने अपडेट लो जी फाइनली हो डन बड़ी औखी सी यार स्पेशली आखिर वाले 500 मीटर बहुत ज़्यादा मतलब लिटरली मैं फोर्स कर रहा सी खुद नूं भी कोई होर थॉट सोच ला पर बॉडी बार बार नहीं बस पर वही सी भी कौन हो जाए करना तो कंप्लीट भी करया प्लस उतों 30-40 मीटर आप एंड आखिरी गेड़ा स्प्रिंट भी लाई मैं उदा भी
ਵੀ ਤਗੜਾ ਫਿਨਿਸ਼ ਕਰਨ, ਨਾਲੇ ਮਹਾਂ ਜਿਹੜੇ ਮਾੜੀ ਮੋਟੀ ਪਿਛਲੇ ਵਾਲਿਆਂ 'ਚ ਕਸਰ ਹੋਣੀ। ਵੈਸੇ ਤਾਂ ਮੈਂ ਸਾਰੇ ਰਨਿੰਗ ਵਾਲੇ ਮੈਨੂੰ ਯਾਦ ਆ, ਅਤੇ ਡਾਟਾ ਵੀ ਦੇਖੀ ਗਿਆ ਹੋਣਾ ਤੁਸੀਂ ਕਿ ਆਪਾਂ ਸਾਰੇ ਕਿੰਨਾ ਸੀਗਾ ਉਹ ਤੋਂ 10-10, 20-20 ਮੀਟਰ ਵੱਧੇ ਕਰਿਆ, ਪਰ ਇਹ ਮੈਂ ਥੋੜ੍ਹਾ 20-30 ਮੀਟਰ ਥੋੜ੍ਹਾ ਜ਼ਿਆਦਾ ਕਰ ਲਿਆ। ਸੋ ਇਹੀ ਚੀਜ਼ ਆ ਯਾਰ, ਜਦ ਵੀ ਇਹੋ ਜਿਹਾ ਕੁਛ ਕਰੋ ਜਾਂ ਇਨ ਜਨਰਲ ਲਾਈਫ 'ਚ ਵੀ, ਠੀਕ ਆ, ਜਿਹੜੀ ਚੀਜ਼ ਤਾਂ ਮਤਲਬ ਐਵੇਂ ਕਰਨ ਵਾਲੀ ਆ ਵੀ ਹਾਂ, ਮੰਨ ਲਓ ਲੈਟਸ ਤੁਸੀਂ 100 ਭੱਜਣਾ ਅਤੇ ਤੁਸੀਂ ਕਿਤੇ ਨਿਸ਼ਾਨੀ ਲਾ ਲਈ ਜਾਂ ਕਸ ਜਿਵੇਂ ਫੋਨ ਨਾਲ ਭੱਜ ਰਹੇ ਹੋ, ਹਮੇਸ਼ਾ ਉਹ ਤੂੰ ਥੋੜ੍ਹਾ ਜਿਹਾ ਜ਼ਿਆਦਾ ਭੱਜਣਾ, ਠੀਕ ਆ, ਤਾਂ ਕਿ ਡਾਊਟ ਨਾ ਰਹੇ ਵੀ ਯਾਰ ਕੀ ਪਤਾ ਐਕੂਰੇਟ ਨਾ ਹੋਵੇ ਜਾਂ ਜੋ ਵੀ, ਚਾਹੇ ਹੋਵੇ ਵੀ ਐਕੂਰੇਟ, ਹਮੇਸ਼ਾ ਉਹ ਤੋਂ ਥੋੜ੍ਹਾ ਜਿਹਾ ਜ਼ਿਆਦਾ ਭੱਜੋ, ਠੀਕ ਆ। ਅਤੇ ਜੇ ਦੂਜੇ ਪਾਸੇ ਨੂੰ ਆ, ਮਤਲਬ ਕੋਈ ਵੀ ਚੀਜ਼ ਆ ਵੀ ਮਤਲਬ ਜਿਵੇਂ ਮੰਨ ਲਓ ਤੁਸੀਂ ਕੈਲਰੀਜ਼ ਗਿਣ ਰਹੇ ਹੋ ਵੀ ਯਾਰ ਇੰਨੀ ਕੈਲਰੀਜ਼ ਬਰਨ ਕਰਨੀ ਹੈ, ਠੀਕ ਆ, ਜਾਂ ਮੈਂ ਇੰਨੀ ਕੈਲਰੀਜ਼ ਕੰਜ਼ਿਊਮ ਕਰਨੀ ਹੈ ਜਿਹਨੇ ਮਤਲਬ ਵਧਾਉਣਾ, ਤਾਂ ਹਮੇਸ਼ਾ ਮਤਲਬ ਆਪਣੇ ਆਪ ਨੂੰ ਹਮੇਸ਼ਾ ਅੰਡਰ ਐਸਟੀਮੇਟ ਕਰਕੇ ਚੱਲੋ। ਜੇ ਤੁਸੀਂ ਬਰਨ ਕਰਨੀ ਹੈ ਤਾਂ ਹਮੇਸ਼ਾ ਮੰਨ ਲਓ ਤੁਸੀਂ 100 ਕਰਨੀ ਹੈ, ਤੁਸੀਂ ਆਈਡੀਆ 'ਚ ਲਾ ਲਿਆ ਵੀ ਇੰਨੇ ਟਾਈਮ 'ਚ 100 ਹੋ ਜਾਂਦੀ ਹੈ, ਜਾਂ ਤੁਸੀਂ ਆਪਣੇ ਫੋਨ 'ਚ ਦੇਖ ਰਹੇ, ਹਮੇਸ਼ਾ ਉਹ ਤੋਂ ਵੱਧ ਭੱਜੋ, 105, 10, 15 ਐਵੇਂ ਬਰਨ ਕਰੋ, ਠੀਕ ਆ। ਅਤੇ ਸੇਮ ਮਤਲਬ ਕੋਈ ਵੀ ਚੀਜ਼ 'ਚ ਆ, ਤਾਂ ਕਰਕੇ ਇੱਕ ਤਾਂ ਉਹ ਡਾਊਟ ਜਿਹਾ ਰਹਿੰਦਾ ਨਹੀਂ, ਦੂਜੀ ਗੱਲ ਤੁਹਾਨੂੰ ਮੈਂਟਲੀ ਬੈਟਰ ਫੀਲ ਹੁੰਦਾ ਜ਼ਿਆਦਾ, ਅਤੇ ਮਤਲਬ ਕਦੇ ਵੀ ਥੱਲੇ ਤਾਂ ਕਦੇ ਫਿਨਿਸ਼ ਕਰਨਾ ਹੀ ਨਹੀਂ ਵੀ ਯਾਰ ਹੋ ਗਿਆ ਹੋਣਾ ਕੋਈ ਚੱਕਰ ਨਹੀਂ, ਜਾਂ ਕਿਲੋਮੀਟਰ ਸੀਗਾ ਹੋ ਗਿਆ ਹੋਣਾ ਇੱਥੇ ਤੱਕ, ਉਹ ਚੀਜ਼ ਨਹੀਂ ਆਉਣੀ ਚਾਹੀਦੀ। ਮਤਲਬ ਜਦ ਵੀ ਕਿਤੇ ਡਾਊਟ ਆ ਵੀ ਹੋ ਗਿਆ ਹੋਣਾ, ਹਮੇਸ਼ਾ ਕਰਕੇ ਉਹ ਤੋਂ ਵੱਧ ਜਾਣਾ, ਹੋ ਗਿਆ ਉਹ ਕਹਿ ਕੇ ਘੱਟ ਨਹੀਂ ਕਰਨਾ। ਅਤੇ ਬਸ ਜੀ, ਅੱਜ ਦਾ ਵੀ ਪੂਰਾ ਉਹੀ ਗੱਲ ਆ ਵੀ ਸ਼ੁਰੂ ਕਰਨ ਲੱਗੇ ਨਹੀਂ ਹੁੰਦਾ, ਪਰ ਇੱਕ ਇੱਕ ਸਟੈਪ ਕਰਕੇ ਪੂਰਾ ਹੋ ਜਾਂਦਾ। 20-25 ਮਿੰਟ ਪਹਿਲਾਂ ਸੁਬਹ ਵਾਲੀ ਰਨਿੰਗ, 50 ਕੁ ਮਿੰਟ ਸਾਈਕਲਿੰਗ, ਅਤੇ 10 ਕੁ ਮਿੰਟ ਮਤਲਬ ਹੁਣ ਲੱਗੇ ਹੋਣੇ, ਤਾਂ ਲਾ ਲਓ ਵੀ 1.5 ਘੰਟਾ ਪਲੱਸ ਲਗਾਤਾਰ ਐਕਸਰਸਾਈਜ਼। ਅਤੇ ਸਹੀ ਆ, ਗੁੱਡ ਜਾ ਰਿਹਾ, ਹੁਣ ਉਹੀ ਆ ਨਾ ਅਕੰਪਲਿਸ਼ਮੈਂਟ ਜੀ ਹੋ ਗਈ ਵੀ ਹਾਂ ਕੁਛ ਕਰਿਆ। ਚਾਹੇ ਯਾਰ ਲਾਈਫ 'ਤੇ ਕੋਈ ਉਵੇਂ ਡਾਇਰੈਕਟ ਇੰਪੈਕਟ ਨਹੀਂ ਹੈਗਾ ਵੀ, ਠੀਕ ਆ, ਕੋਈ ਡਰੈਸਟਿਕਲੀ ਇੱਕ ਦਿਨ 'ਚ ਐਵੇਂ ਲਾਈਫ ਨਹੀਂ ਚੇਂਜ ਕਰ ਦੇਣੀ, ਪਰ ਐਂ ਆਪਾਂ ਛੋਟੀ ਛੋਟੀਆਂ ਚੀਜ਼ਾਂ ਕਰਦੇ ਹਾਂ ਤਾਂ ਮਾਇੰਡ ਵਧੀਆ ਹੁੰਦਾ, ਠੀਕ ਆ, ਸਪੈਸ਼ਲੀ ਜੇ ਸੁਬਹਾ ਸੁਬਹਾ ਅਚੀਵ ਕਰਦੇ ਹੋ, ਠੀਕ ਆ। ਬਾਕੀ ਕੋਈ ਐਕਸਕਿਊਜ਼ ਨਹੀਂ ਲੱਭਣਾ ਤੁਹਾਨੂੰ, ਜਦ ਮਰਜ਼ੀ ਟਾਈਮ ਮਿਲਦਾ ਦੁਪਹਿਰੇ ਸ਼ਾਮ ਨੂੰ, ਉਹ ਇਹੋ ਜਿਹਾ ਕੁਛ ਨਹੀਂ ਹੁੰਦਾ ਵੀ ਸੁਬਹਾ ਹੀ ਕਰਨੀ ਆ, ਆਪਦੋ ਮਤਲਬ ਆਪਣਾ ਆਪਣਾ ਹਿਸਾਬ ਹੁੰਦਾ, ਕਈਆਂ ਨੂੰ ਮੈਂ ਸ਼ਾਮੀ ਪਸੰਦ ਆ ਤਾਂ ਉਹ ਨਹੀਂ ਕਰਨਾ ਵੀ ਸੁਬਹਾ ਟਾਈਮ ਨਹੀਂ ਉੱਠਿਆ ਨਹੀਂ ਜਾਂਦਾ ਜੇ ਵੋ, ਜਦ ਵੀ ਮਿਲਦਾ ਜਿੰਨੇ ਵਜੇ ਮਰਜ਼ੀ ਦੁਪਹਿਰ ਨੂੰ ਸ਼ਾਮ ਨੂੰ ਕਿਤੇ ਵੀ, ਠੀਕ ਹੈ, ਬਾਹਰ ਭੱਜਣ ਨੂੰ ਨਹੀਂ ਹੈਗਾ, ਘਰ 'ਚ ਗੇੜੇ ਕੱਢ ਲਓ, ਐਕਸਕਿਊਜ਼ ਨਹੀਂ ਆਉਣਾ ਚਾਹੀਦਾ, ਠੀਕ ਆ। ਅਤੇ ਹੁਣ ਨਿਕਲਦੇ ਹਾਂ ਘਰ ਨੂੰ, ਅੱਜ ਦੇ ਵਲੋਗ 'ਚ ਪ੍ਰੀਟੀ ਮੱਚ ਇੰਨਾ ਹੀ। ਆਈ ਹੋਪ ਤੁਸੀਂ ਵੀ ਬਾਕੀ ਜਿਹੜੇ ਦੇਖ ਰਹੇ ਹੋ ਫੋਲੋ ਵੀ ਕਰ ਰਹੇ ਹੋਗੇ ਨਾਲ ਨਾਲ, ਅਤੇ ਇੱਕ ਗੱਲ ਹੋਰ, ਜ਼ਰੂਰੀ ਨਹੀਂ ਵੀ ਸੇਮ ਹੀ ਫੋਲੋ ਕਰਨੇ ਆ, ਜੋ ਤੁਹਾਨੂੰ ਪਸੰਦ ਆ, ਇਕੱਲੀ ਰਨਿੰਗ, ਇਕੱਲੀ ਸਾਈਕਲਿੰਗ, ਇਕੱਲੀ ਸਵੀਮਿੰਗ, ਜੰਪਿੰਗ, ਜੋ ਪਸੰਦ ਆ ਉਹ ਕਰੋ, ਪਰ ਟਾਰਗੇਟ ਰੱਖੋ ਯਾਰ, ਠੀਕ ਆ। ਆਪਣੇ ਗੂਗਲ ਸਰਚ ਕਰਕੇ ਜਾਂ ਕੁਛ ਵੀ ਕਰਕੇ ਜਿਹੜੇ ਪ੍ਰੋ ਪਲੇਅਰ ਨੇ, ਓਲੰਪਿਕ ਪਲੇਅਰ ਨੇ ਜਾਂ ਜੋ ਵੀ ਨੇ, ਠੀਕ ਆ, ਉਹਨਾਂ ਦਾ ਦੇਖੋ ਵੀ ਕੀ ਕਿਹੜੇ ਲੈਵਲ 'ਤੇ ਉਹਨਾਂ ਨੇ ਕਰੀਆਂ ਵੀ ਚੀਜ਼ਾਂ, ਅਤੇ ਉਹਨੂੰ ਟਾਰਗੇਟ ਰੱਖ ਕੇ ਕੀ ਫਿਰ ਬਥੇਰੀਆਂ ਯੂਟਿਊਬ 'ਤੇ ਵੀਡੀਓਜ਼ ਮਿਲ ਜਾਣੀਆਂ ਵੀ ਕਿਵੇਂ ਦਾ ਪ੍ਰੈਕਟਿਸ ਹੋਣੀ ਚਾਹੀਦੀ ਆ, ਤਾਂ ਉਹ ਫੋਲੋ ਕਰਿਆ ਕਰੋ। ਮਤਲਬ ਕੋਈ ਟਾਰਗੇਟ ਰੱਖੋ, ਉਹ ਨਹੀਂ ਵੀ ਬਸ ਜਿਵੇਂ ਹੈਗਾ ਠੀਕ ਆ, ਤਾਂ ਕਿ ਹਰ ਰੋਜ਼ ਆਪਣਾ ਬੈਸਟ 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 ਕਰਦੇ ਕਰਦੇ ਉੱਪਰ ਜਾਓ, ਠੀਕ ਆ। ਅਤੇ ਸੋ ਇਹ ਚੀਜ਼ ਆ, ਬਾਕੀ ਇਹੀ ਲੋਜਿਕ ਇਕੱਲਾ ਸਪੋਰਟਸ ਜਾਂ ਉਹ 'ਚ ਨਹੀਂ, ਲਾਈਫ 'ਚ ਵੀ ਇਹੀ ਰਹੋ, ਠੀਕ ਆ, ਵੀ ਕੁਛ ਵੀ ਹੈਗਾ ਟਾਰਗੇਟ ਰੱਖੋ, ਗੋਲਸ ਰੱਖੋ, ਅਤੇ ਜਿਵੇਂ ਉਹਨਾਂ ਨੂੰ ਕਰਨਾ ਸਟੈਪਸ ਗਿਣੋ ਅਤੇ ਆਪਣੇ ਪੂਰੇ ਕਰੋ। ਅਤੇ ਬਾਕੀ ਬਸ ਹੀ, ਹੁਣ ਕੈਮਰਾ ਵੀ ਨਹੀਂ ਫੜ ਹੁੰਦਾ, ਚੱਲੀਏ। ਅਤੇ ਮਿਲਦੇ ਹਾਂ ਜੀ ਹੁਣ ਤੁਹਾਨੂੰ ਨੈਕਸਟ ਵਲੋਗ 'ਚ, ਟਿਲ ਦੈਨ ਟੇਕ ਕੇਅਰ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ। ਚਲੋ ਜੀ, ਅੱਜ ਹੈਗਾ ਜੀ 3ਜਾ ਦਿਨ, ਅਤੇ ਅੱਜ ਦਾ ਡਾਟਾ ਵੀ ਦੇਖ ਲੈਂਦੇ ਹਾਂ, ਪਰ ਉਹ ਤੋਂ ਪਹਿਲਾਂ ਜਿਹੜਾ 2 ਘੰਟੇ 38 ਮਿੰਟ ਵਾਲਾ ਸ਼ੋਅ ਹੋ ਰਿਹਾ, ਇਹ ਵੀ ਆਪਾਂ ਇੱਕ ਨਵੀਂ ਅਚੀਵਮੈਂਟ ਕਰੀਏ, ਇਹ ਵੀ ਤੁਹਾਨੂੰ ਅਗਲੇ ਵਾਲੇ ਵਲੋਗ 'ਚ ਪਤਾ ਲੱਗ ਜੂ। ਬਟ ਐਨੀਵੇ ਜੀ, ਅੱਜ ਦਾ ਦਿਨ ਆਪਾਂ ਕਰਿਆ ਸੀਗਾ 12 ਕਿਲੋਮੀਟਰ ਸਾਈਕਲਿੰਗ, ਅਤੇ 3 ਕਿਲੋਮੀਟਰ ਰਨਿੰਗ ਸਭ ਤੋਂ ਪਹਿਲਾਂ, ਅਤੇ ਸਭ ਤੋਂ ਐਂਡ 'ਚ ਫਿਰ 1.5 ਕਿਲੋਮੀਟਰ। ਪਰ ਕਿਉਂਕਿ ਕੱਲ੍ਹ ਥੋੜ੍ਹੀ ਜਿਹੀ ਘੱਟ ਕਰੀ ਸੀਗੀ ਸਾਈਕਲਿੰਗ, ਜਦੋਂ ਕਿ ਬਾਅਦ 'ਚੋਂ ਡਾਟਾ ਦੇਖਣ ਤੋਂ ਪਤਾ ਲੱਗਿਆ, ਸੋ ਤਾਂ ਕਰਕੇ ਆਪਾਂ ਥੋੜ੍ਹੀ ਜਿਹੀ ਜ਼ਿਆਦਾ ਕਰੀ ਅੱਜ 1.5 ਕਿਲੋਮੀਟਰ। ਸੋ ਐਨੀਵੇ ਜੀ, ਕਰਦੇ ਹਾਂ ਸਟਾਰਟ, ਸਭ ਤੋਂ ਪਹਿਲਾਂ ਰਨਿੰਗ ਆਪਾਂ ਸਟਾਰਟ ਕਰਦੇ ਹੁੰਦੇ ਹਾਂ। ਸੋ ਸੇਮ ਉਹੀ ਚੀਜ਼, ਅਤੇ ਆਪਾਂ ਗਰਾਊਂਡ 'ਚ ਜਿਹੜੇ 'ਚ ਆਪਣੇ 'ਚ, ਠੀਕ ਆ, ਰਨਿੰਗ ਕਰਦੇ ਹਾਂ। 1-2-3 ਕਿਲੋਮੀਟਰ ਸ਼ੋਅ ਹੋ ਰਿਹਾ ਜਿਹੜੇ ਪਰ ਪੁਆਇੰਟ 'ਚ ਦਿੱਤੇ ਹੋਏ ਨੇ, 1-2-3 ਕਰਕੇ।
ਅਤੇ ਇਹ ਕਰਿਆ ਜੀ ਆਪਾਂ 23 ਮਿੰਟ 'ਚ ਪੂਰਾ, ਅਤੇ ਉਹੀ ਐਵਰੇਜ ਸਪੀਡ ਸੇਮ 7.5 ਦੀ ਤੋਂ ਥੋੜ੍ਹਾ ਜਿਹਾ ਜ਼ਿਆਦਾ, ਮੈਕਸੀਮਮ 10 ਕੁ ਦੀ ਰਹੀ ਆ, ਅਤੇ ਕੈਲਰੀ ਆਪਾਂ ਬਰਨ ਕਰੀਆਂ ਟੋਟਲ 333। ਅਤੇ ਹੁਣ ਚੱਲਦੇ ਹਾਂ ਜੀ ਸਾਈਕਲਿੰਗ 'ਤੇ। ਸਾਈਕਲਿੰਗ ਆਪਾਂ ਕਿਉਂਕਿ ਅੱਜ 12 ਕਿਲੋਮੀਟਰ ਕਰਨੀ ਸੀ, ਸੋ ਕਾਫੀ ਅਜੀਬੋ ਗਰੀਬ ਜਿਹਾ ਰੂਟ ਜੇ ਪਰ ਗਏ ਹਾਂ, ਤਾਂ ਆਪਾਂ ਮੈਪ ਵੀ ਲਾ ਲੈਂਦੇ ਹਾਂ। ਠੀਕ ਆ ਜੀ, ਅਤੇ ਆ ਜਿਵੇਂ 1 ਬਣਿਆ ਵਾ, 2 ਫਿਰ 3 ਕਿਲੋਮੀਟਰ ਜਾ ਰਹੇ, ਮਤਲਬ ਮੈਂ ਬਾਈਪਾਸ ਜੇ ਵੱਲ ਨੂੰ ਗਿਆ ਸੀ, ਸੋ ਵਾਪਸ ਮੁੜ ਕੇ ਆ 12 ਕਿਲੋਮੀਟਰ, ਅਤੇ ਉਹ ਤੋਂ ਬਾਅਦ 13 'ਤੇ ਵਾਪਸ ਆ ਫਿਨਿਸ਼ ਲਾਈਨ 'ਤੇ ਕਰਤਾ ਖਤਮ। ਅਤੇ ਉਹਦਾ ਡਾਟਾ ਹੈਗਾ ਜੀ ਆਲਮੋਸਟ 50 ਮਿੰਟ 'ਚ ਪੂਰਾ ਕਰਿਆ। ਠੀਕ ਆ, ਅਤੇ ਕੈਲਰੀਜ਼ ਹੋਈਆਂ ਨੇ 312, ਅਤੇ ਐਵਰੇਜ ਸਪੀਡ ਰਹੀ ਆ ਆਪਣੀ 16, ਅਤੇ ਮੈਕਸੀਮਮ ਵਿੱਚ ਇਹਨੂੰ ਮੈਂ ਕਰਿਆ 33। ਆ 33 ਵੀ ਤਾਂ ਆਇਆ ਕਿਉਂਕਿ ਉਹ ਬੁਲਤੋਂ ਜਾਂ ਥੱਲੇ ਉਤਰਦੇ ਹੁੰਦੇ ਤਾਂ ਸਪੀਡ ਜੀ ਫੜ ਹੋਊਗੀ। ਅਤੇ ਉਹ ਤੋਂ ਬਾਅਦ ਜੀ ਹੈਗੀ ਆ ਰਨਿੰਗ ਜਿਹੜੀ 1.5 ਕਿਲੋਮੀਟਰ ਕਰੀ ਆ, ਅਤੇ ਅਗੇਨ ਉਹੀ ਸੇਮ ਗਰਾਊਂਡ 'ਚ। ਠੀਕ ਆ ਜੀ, ਅਤੇ ਇਹਦੀ ਵੀ ਡਾਟਾ ਹੈਗਾ 11 ਕੁ ਮਿੰਟ 'ਚ ਲੱਗਿਆ ਆਪਾਂ ਨੂੰ ਪੂਰਾ ਹੋਣ ਨੂੰ, ਅਤੇ 170 ਕੈਲਰੀਜ਼, ਐਵਰੇਜ ਸਪੀਡ 7.9, ਅਤੇ ਮੈਕਸੀਮਮ ਹੋਈ 11 ਦੀ। ਸੋ ਬਸ ਜੀ ਇਹ ਹੈਗਾ ਅੱਜ ਲਈ ਇੰਨਾ ਕੁ ਡਾਟਾ। ਹੁਣ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ 'ਚ, ਅਤੇ ਬਾਕੀ ਉਹ ਤੋਂ ਬਾਅਦ ਵਾਲੇ ਵਲੋਗ 'ਚ ਫਿਰ ਤੁਹਾਨੂੰ ਆਹ ਵਾਲਾ ਡਾਟਾ ਦੇਖਣ ਨੂੰ ਮਿਲੂਗਾ। ਠੀਕ ਹੈ ਜੀ, ਬਾਏ ਬਾਏ।